ਸਰਕਾਰ ਮਸਤ ਮਰਦਵਾਨ ਆਪ ਦੇ ਪੋਤੇ ਨੇ ਮੌਲਾ ਕਾਇਨਾਤ ਦਾ ਮਨਕਬਤ ਉਹਨਾਂ ਨੇ ਲਿਖਿਆ ਤੇ ਉਹ ਮੈਂ ਪੇਸ਼ ਕਰ ਰਿਹਾ ਅਤੇ ਮਹਿਫਿਲ ਵੀ ਮੇਰੇ ਸੰਗ ਦੀ ਅੱਲਾ ਹੀ ਅੱਲਾ ਸਰਕਾਰ ਮੈਂ ਸਭ ਤਮਾਰ ਸਰਕਾਰੀ ਮੈਂ ਸਭ ਕਮਾਲ ਮੌਲਾ ਕਾਇਨਾਤ ਦੇ ਆਸ਼ਿਕ ਉਹਨਾਂ ਦਾ ਕੰਮ ਸੀ ਆਪਣੇ ਮੁਰਸ਼ਦ ਦਾ ਜ਼ਿਕਰ ਕਰਦੇ ਰਹਿਣਾ ਹਾਕਮ ਵਕਤ ਨੇ ਆਖਿਆ ਮੈਂ ਸਨ ਇਸ ਜ਼ਿਕਰ ਤੋਂ ਬਾਅਦ ਆ ਜਾ ਉਹਨਾਂ ਕਿਹਾ ਮੈਂ ਨਹੀਂ ਬਾਜ਼ ਆਉਣਾ ਹਾਕਮ ਨੇ ਆਖਿਆ ਅਗਰ ਤੂੰ ਬਾਅਦ ਮੈਂ ਆਇਆ ਜ਼ੁਬਾਨ ਤੇਰੀ ਨੂੰ ਮੈਂ ਕੱਢ ਦਿਆਂਗਾ ਮੈਂ ਸਮਝਦਾ ਮਹਾਰਾਜ ਜ਼ੁਬਾਨ ਭਾਵੇਂ ਤੂੰ ਮੇਰੀ ਕੱਢ ਦੇ ਮੈਂ ਆਪਣੇ ਮੁਰਸ਼ਦ ਦੇ ਨਾਂ ਲੈਣਾ ਉਸ ਅੱਗੇ ਪਹਿਲੇ ਤੇਰੀ ਜ਼ੁਬਾਨ ਨੂੰ ਕੱਢਾਂਗਾ ਤੇ ਫਿਰ ਤੈਨੂੰ ਸੂਲੀ ਵੀ ਚਾੜਾਂਗਾ ਤੇ ਮੈਂ ਸਮਝਦਾ ਮਹਾਰਾਜ ਜਲਦੀ ਜਲਦੀ ਕਰ ਮੈਨੂੰ ਸੂਲੀ ਚਾੜ ਕਿਉਂਕਿ ਮੇਰੇ ਮੁਰਸ਼ਦ ਦਾ ਫਰਮਾਨ ਹੈ ਤੇ ਮੈਂ ਸਮਝ ਤੈਨੂੰ ਸਾਡੇ ਪਿਆਰ ਵਿੱਚ ਸੂਲੀ ਵੀ ਮਿਲੇਗੀ ਉਹਨਾਂ ਆਸ਼ਕ ਮੁਰਤਜ਼ਾ ਦੀ ਜ਼ੁਬਾਨ ਨੂੰ ਕੱਟਿਆ ਤੇ ਫਿਰ ਉਹਨਾਂ ਸੂਲੀ ਚਾੜ ਦਿੱਤਾ ਤੇ ਸੂਲੀ ਚੜ ਕੇ ਆਸ਼ਕ ਮੁਰਤਜ਼ਾ ਨੇ ਕੀ ਫਰਮਾਇਆ ਯਾਰੀ 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 ਉਹਨਾਂ ਕਿਹਾ ਇਹ ਕਿੱਡਾ ਸਰ ਫਿਰਿਆ ਆਸ਼ਕ ਜ਼ੁਬਾਨ ਵੀ ਕੱਢੀ ਗਈ ਹੈ ਉਹਦੀ ਪੀੜ ਵੀ ਨਹੀਂ ਮਹਿਸੂਸ ਕਰ ਰਿਹਾ ਤੇ ਸੂਲੀ ਵੀ ਚੜ ਗਏ ਆ ਫਿਰ ਵੀ ਉਹ ਨਾ ਤੇ ਮੈਂ ਸਮਝਦਾ ਮਾਲ ਸੂਲੀ ਤੇ ਚੜ ਗਏ ਤੇ ਜਿਹਨਾਂ ਸੂਲੀ ਚਾੜਿਆ ਸੀ ਉਹਨਾਂ ਨੂੰ ਵੇਖ ਕੇ ਆਉਂਦੇ ਨੇ ਉਹ ਮਰਨੋ ਜ਼ਰਾ ਨੇ ਡਰਦੇ ਜਿੰਨਾ ਨੈਣ ਮਿਲਾ ਲੈ ਰਹੇ ਉਹ ਸਦਕੇ ਜਾਣ ਦਿਲ ਭਰ ਜਿਹਨਾਂ ਨੇ ਮਿਲਾ ਲੈਣਾ ਕਬੀ ਗਲੀ ਬਾਦ ਮੇ ਕਬੀ ਗਲੀ ਬਾਦ ਮੇ
ਫੈਜੀ ਫੈਜੀ ਸਾਹਿਬ ਮਦੀਨੇ ਵਾਲੇ ਨੂੰ ਰਾਜ਼ੀ ਕਰਨਾ ਹੋਵੇ ਤੇ ਅੱਲਾਹ ਦਾ ਨਾਰਾ ਮਾਰੀਦਾ ਬੇਸ਼ੱਕ ਅੱਲਾਹ ਨੂੰ ਰਾਜ਼ੀ ਕਰਨਾ ਹੋਵੇ ਤੇ ਮਦੀਨੇ ਵਾਲੇ ਦਾ ਨਾਰਾ ਮਾਰੀਦਾ ਸੁਭਾਨ ਅੱਲਾਹ ਤੇ ਫਿਰ ਕਰੀਏ ਮਦੀਨੇ ਵਾਲੇ ਨੂੰ ਰਾਜ਼ੀ ਨਾਰਾ ਹੈ ਤਕਬੀਰ ਐਨੀਆਂ ਨੇ ਐਨੀਆਂ ਰੋਟੀਆਂ ਖਾ ਕੇ ਅੱਲਾਹ ਅਕਬਰ ਦੀਆਂ ਬੜਾ ਹੌਲਾ ਹੈ ਜ਼ੋਰ ਨਾਲ ਨਾਰਾ ਹੁਣ ਜਿਹਨੇ ਜਿਹਨੇ ਅੱਲਾਹ ਨੂੰ ਰਾਜ਼ੀ ਕਰਨਾ ਦੋਵੇਂ ਹੱਥ ਖਿਲਾਰ ਕੇ ਤੇ ਦਿਲ ਨੀਵਾਂ ਕਰਕੇ ਤੇ ਅੱਖਾਂ ਵੀ ਨੀਵੀਆਂ ਕਰਕੇ ਸਾਡੇ
سلطان مدینہ فرمانے نے الحب علی عبادا آپ فرمانے نے میرے بیر کا دل میں پیار رکھو عبادت اگر محمد مصطفیٰ کا فرمانے الذکر علی عبادا آپ فرمانے نے میرے بیر کا ذکر کرو پھر بھی عبادت اگر پاک محمد مصطفیٰ کا فرمانے النظر والا وجه علی ابن بالا فرمان نے میرے بیل کا چہرہ دیکھنا بھی عبادت ہے کہ ہر مقصد عبادت مقصد کی ہے عبادت کہ ہر پھر کی کرنا چاہیے چہرے کعبے میں ہو کے نازل مسجد میں جان دے کر بدلا